ਤੇ ਆਪਾਂ ਹੁਣ ਇਹਨੂੰ ਵੀ ਸਟਾਰਟ ਕਰ ਲਈਏ। ਉੱਧਰ ਕਹਿੰਦੇ ਡਿਊਟ, ਮਗਰ ਆਹ ਟਰਾਲੀ ਪਾਉਣ ਲੱਗੇ ਅੱਜ, ਆਹ ਪਾ ਲਈ ਆਪਾਂ ਟਰਾਲੀ ਇਹਦੇ ਮਗਰ। ਉਹ ਖੜੇ ਕਹਿੰਦੇ ਦੋਵੇਂ ਝੋਟੇ, ਧੁੱਪ ਪੂਰੀ ਕੈੜੀ ਆ, ਦੁਪਹਿਰ ਦਾ 1 ਵੱਜ ਚੁੱਕਿਆ, ਅੱਜ ਨਜ਼ਾਰਾ ਲਿਆਦਾ ਧੁੱਪ ਨੇ। 1-2 ਡਿੱਗੀ ਪਿਆ ਮੇਰੇ ਹਿਸਾਬ ਨਾਲ ਹਜੇ ਸਾਈ। ਆਹ ਦੇਖੋ ਆਹ ਚਾਰੇ ਬੰਦੇ ਆ, ਲੱਗਦਾ ਤਾਂ ਸੋਹਣਾ ਮੇਰੇ ਵੀਰੇ, ਉਹ ਦੱਸਿਓ ਫਿਰ ਕਮੈਂਟਾਂ 'ਚ, ਮੈਨੂੰ ਤਾਂ ਬਹੁਤ ਜਿੱਚਿਆ ਟਰੈਕਟਰ ਇਹ। ਆਹ ਤਾਂ ਚਲੋ, ਬਾਕੀ ਆਹ ਟਾਇਰ ਚੈੱਕ ਕਰੋ ਮੇਰੇ ਵੀਰੋ, ਰੇਡੀਅਲ ਹੁਣ ਹਵਾ ਤਾਂ ਮੈਂ ਇਹਦੇ ਨਾਲ ਚੈੱਕ ਕਰਾ ਲਈ ਸੀ, ਹਵਾ ਸਹੀ ਆ, ਸਹੀ ਹੁਣ ਆਹ ਵਾਲਾ ਝੋਨਾ ਸਹੀ ਆ, ਉਹਨੂੰ ਗੋਲੀ ਵੱਧ ਪਈ ਹੋਈ ਆ, ਉਹ ਕਾਲਾ ਹੋਇਆ ਹੋਇਆ ਦੇਖੋ ਇਹ, ਆਹ ਦੇਖੋ ਇਹਦਾ ਮੇਰੇ ਵੀਰੋ ਵਧੀਆ, ਆਹ ਜਮ੍ਹਾਂ ਹੀ ਟੱਚ ਨਹੀਂ ਕਰਦਾ, ਆਪਾਂ ਇਹਦੇ ਨਾਲ ਵੱਢਿਆ ਗਿਆ ਹੈ। ਸਵਾਗਤ ਆ ਜੀ ਸਭ ਦਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਹਾਂਜੀ ਇਹਨਾਂ ਸਾਰੀ, ਅਤੇ ਅੱਜ ਦਿਨ ਚੈੱਕ ਕਰੋ ਮੇਰੇ ਵੀਰੋ, ਕਿੰਨਾ ਸੋਹਣਾ ਦਿਨ ਲੱਗਿਆ ਅੱਜ, ਧੁੱਪ ਬਹੁਤ ਜ਼ਿਆਦਾ ਤਕੜੀ ਨਿਕਲਿਆ ਜੀ ਅੱਜ ਤਾਂ, ਅਤੇ ਨਾਲ ਦੀ ਨਾਲ ਧੁੱਪ ਨਿਕਲਿਆ ਜੀ, ਨਾਲ ਉੱਧਰੋਂ ਮਸ਼ੀਨ ਆ ਗਈ, ਅੱਜ ਵੱਢਣ ਜਾਣਾ ਆਪਾਂ ਝੋਨਾ, ਅਤੇ ਦੋਨੇ ਲੈ ਕੇ ਜਾਣੇ ਆ ਡਿਊ ਅਤੇ ਜੋਂਡੀਅਰ। ਮੈਸੀ ਦੀ ਇੱਥੇ ਲੋਡ ਹੁੰਦੀ ਹੈ, ਇੱਥੇ ਨਾ ਉਹ ਆਪਣੇ ਮੰਡੀ ਵਾਲਿਆਂ ਨੂੰ ਚਾਹੀਦਾ ਹੁੰਦਾ, ਤਾਂ ਕਰਕੇ ਉਹ ਦੋਨੇ ਲੈ ਕੇ ਚੱਲੇ ਹਾਂ। ਬਾਕੀ ਚੱਲ ਕੇ ਦੇਖਦੇ ਹਾਂ, ਟਰਾਲੀ ਟਰੂਲੀ ਪਾਈਏ ਮਗਰ, ਫਿਰ ਮਿਲਦੇ ਹਾਂ ਤੁਹਾਨੂੰ। ਲਓ ਜੀ ਮੇਰੇ ਵੀਰੋ, ਅਤੇ ਆਪਾਂ ਹੁਣ ਇਹਨੂੰ ਵੀ ਸਟਾਰਟ ਕਰ ਲਈਏ। ਉੱਧਰ ਕਹਿੰਦੇ ਡਿਊਜ, ਮਗਰ ਆਹ ਟਰਾਲੀ ਪਾਉਣ ਲੱਗੇ ਅੱਜ, ਪਹਿਲਾਂ ਡਿਊਜ ਮਗਰ ਆਪਾਂ ਪਰਲੀ ਪਾਉਣੀ ਸੀ ਉਹ ਵਾਲੀ ਟਰਾਲੀ, ਪਰ ਉਹਦੇ ਵਿੱਚ ਪਿਆ DAP, ਅਤੇ ਆਹ ਟਰਾਲੀ ਆਪਾਂ ਇਹਦੇ ਮਗਰ ਪਾਉਣੀ ਸੀਗੀ, ਪਰ ਹੁਣ ਆਪਾਂ ਜੋਂਡੀਅਰ ਵਾਲੀ ਜਿਹੜੀ ਇਹਦੇ ਮਗਰ ਆਪਾਂ ਆਹ ਪਾ ਸਕਦੇ ਸੀਗੇ, ਪਰ ਹੁਣ ਟਰਾਲੀ ਜਿਹੜੀ ਪਤਾ ਕੀਤਾ ਨਾ ਉਹ 'ਚ ਜੋਂਡੀਅਰ ਦਾ ਤੇਲ ਆ, ਤਾਂ ਹੀ ਉਹ ਇਹਦੇ ਮਗਰ ਪਾਉਣੀ ਪੈਣੀ ਆ, ਅਤੇ ਫਿਰ ਮੈਂ ਕਿਹਾ ਆਹ ਵਾਲੀ ਉਹਦੇ ਮਗਰ ਡਿਊਜ ਮਗਰ ਪਾ ਦਿੰਦੇ ਹਾਂ, ਅਤੇ ਪਹਿਲਾਂ ਆਹ ਵਾਲੀ ਟਰਾਲੀ ਇਹਦੇ ਮਗਰ ਪਾਉਣੀ। ਚਲੋ ਕੋਈ ਨਹੀਂ, ਲਓ ਜੀ ਹੋ ਗਿਆ ਹੁਣ ਤਾਂ ਗਰਮ, ਅਤੇ ਆਹ ਟਰਾਲੀ ਤਾਂ ਲੈ ਕੇ ਚੱਲੇ ਆ, ਪਾ ਦੀ ਇਹਦੇ ਮਗਰ, ਅਤੇ ਆਪਾਂ ਥੋੜ੍ਹਾ ਲੇਟ ਜਾਵਾਂਗੇ ਕਿਉਂਕਿ ਪਹਿਲਾਂ ਇਹਨੂੰ ਭਰਨ 'ਚ ਟਾਈਮ ਲੱਗੂ ਥੋੜ੍ਹਾ ਜਿਹਾ, ਇਹਨੇ ਸਾਂਝਣੇ ਜਾ ਕੇ ਆਪਾਂ ਕੀ ਕਰਨਾ, ਜਾਣੂ ਆਪਾਂ ਟਰਾਲੀ ਪਾ ਲਿਆਉਂਦੇ ਭੱਜ ਕੇ ਜਾ ਕੇ ਉੱਥੋਂ, ਅਤੇ ਟਰਾਲੀ ਖੜਾ ਲਿਆਉਂਦੇ ਹਾਂ, ਖੜਾ ਲੈਂਦੇ ਹਾਂ ਲਿਆ ਕੇ ਘਰੇ। ਆਹ ਤਾਂ ਚੱਲੀ ਟਰਾਲੀ ਕਹਿੰਦੇ ਯਾਰ, ਸਟਾਰਟ ਫਾਰ ਹੋ ਗਈ। ਚਲੋ ਫਿਰ ਮੇਰੇ ਵੀਰੋ, ਇਹਨੂੰ ਵੀ ਕੱਢੀਏ ਹੁਣ ਬਾਹਰ, ਇਹਦੇ ਮਗਰ ਪਾ ਕੇ ਲਿਆਈਏ ਟਰਾਲੀ, ਅਤੇ ਫਿਰ ਮਿਲਦੇ ਹਾਂ ਤੁਹਾਨੂੰ। 14 ਫੁੱਟ ਹੀ ਪਾਉਣੀ ਆ, ਉਹ ਗੁਰਵੀਰ ਆਪਣੇ ਚਾਚੇ ਹੁਣ ਵਾਲੀ ਟਰਾਲੀ ਆ, ਇਹਦੇ ਨਾਲ ਦੀ ਆ, ਇਹ 'ਚ ਹੁਣ DAP ਨਹੀਂ, ਆਹ ਵਾਲੀ ਆਪਾਂ ਡਿਊਜ ਮਗਰ ਪਾਉਣੀ ਸੀ, ਅਤੇ ਉਹ ਵਾਲੀ ਇਹਦੇ ਮਗਰ ਪਾਉਣੀ ਸੀ, ਪਰ ਇਹ 'ਚ ਤੇਲ ਮੈਸੀ ਦਾ, ਰਾ ਕੇ ਮੈਸੀ ਨਾਲ ਲਾ ਲੈਂਦੇ, ਹੁਣ ਵਿੱਚ ਤਾਂ DAP ਵਿਆ, ਕੀ ਕਰ ਸਕਦੇ ਹਾਂ। ਚਲੋ ਫਿਰ ਚੱਲੀਏ ਹੁਣ ਟਰਾਲੀ ਪਾ ਕੇ ਲਿਆਈਏ। ਲਓ ਜੀ ਮੇਰੇ ਵੀਰੋ, ਆਹ ਪਾ ਲਈ ਆਪਾਂ ਟਰਾਲੀ ਇਹਦੇ ਮਗਰ, ਅਤੇ ਉਹ ਖੜੇ ਕਹਿੰਦੇ ਦੋਵੇਂ ਝੋਟੇ, ਬਾਕੀ ਚਲੋ ਫਿਰ ਹੁਣ ਘਰੇ ਲੈ ਕੇ ਚੱਲਦੇ ਹਾਂ, ਅਜੇ ਤਾਂ ਨਹੀਂ ਆਪਾਂ ਜਾਣਾ, ਆਪਾਂ ਬਾਅਦ 'ਚ ਜਾਵਾਂਗੇ, ਪਾ ਕੇ ਹੁਣ ਚੱਲਦੇ ਹਾਂ ਲੈ ਕੇ। ਉਹ ਜੀ ਟਰਾਲੀ ਲੈ ਕੇ ਤਾਂ ਪਹੁੰਚ ਗਈ, ਆਹ ਪੂਰਾ ਮਸਰਿਆ ਹੋਇਆ ਅੱਜ ਦੇਖਾ, ਫੁੱਲ ਮਸਤਿਆ ਹੋਇਆ ਘੋੜਾ, ਦੰਦੀਆਂ ਵੱਢਦਾ ਆ ਗਈ ਟੈਪ ਹੀ ਕਹਿੰਦੇ। ਚੱਲ ਚੱਲ ਮਗਰ ਚੱਲ ਮਗਰ, ਬਾਹਲਾ ਮਸਰਿਆ ਹੋਇਆ, ਲੈ 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 ਹੁਣ ਤੈਨੂੰ, ਆ ਲੈ ਜਬਰੇ ਇੱਧਰ ਕੀ ਆ, ਉੱਧਰ ਦੇਖੋ ਫੁੱਲ ਮਸਤ, ਨੱਚਣ ਦੇਖੋ ਇਹਦੇ, ਅੱਜ ਦੇਖਦੇ ਜੀ ਆਪਾਂ ਟਾਈਮ ਨਾਲ ਵਿਹਲੇ ਹੋ ਗਏ ਨਾ, ਇਹਦਾ ਆ ਕੇ ਇਹ 'ਤੇ ਗੇੜਾ ਦੇਣਾ ਆਪਾਂ, ਇਹਦੀ ਪ੍ਰੈਕਟਿਸ ਸਟਾਰਟ ਕਰਾਉਣੀ ਆ ਹੁਣ,
ਛੂਆਂ 'ਚ ਛੂਆਂ ਦੇ ਦਿਨ ਆ ਜਾਓ, ਉੱਥੇ ਲੈ ਕੇ ਜਾਣਾ ਫਿਰ ਇਹਨੂੰ ਆਪਾਂ। ਮੋਗੇ ਆ ਪਹਿਲਾਂ ਤਾਂ ਦਸੰਬਰ 'ਚ, ਉਹਦੀ ਆਪਾਂ ਤਰੀਕ ਤੁਹਾਨੂੰ ਦੱਸ ਦਾਂਗੇ। ਹਟ ਜਾ, ਦੰਦ ਨਾ ਤੜਾ ਲਈਆਂ ਆਪਦੇ। ਕਮਲਾ ਹੋ ਗਿਆ, ਘੋੜਾ ਤਿਆਰ ਕਰਨਾ ਆਪਾਂ ਪੂਰਾ, ਫੁੱਲ ਮਸਤਿਆ ਹੋਇਆ ਉਹ, ਪਰੇ ਮੂੜੀਆਂ ਮੂੜੀਆਂ ਖੁੱਲੀਆਂ, ਹਵਾ ਹਵਾ ਹਾਰਾ ਹੋਇਆ ਪਿਆ ਕੰਮ, ਇੱਧਰ ਵੀ ਖੁੱਲੀਆਂ ਨੇ। ਕਿਵੇਂ ਆ ਅੰਦਰ? ਉਹ ਦੇਖੋ ਕਹਿੰਦੇ ਜੋਧਾ ਵੀ ਖੜਾ। ਬੱਕਰੀ ਕਿੱਥੇ? ਬੱਕਰੀ ਆ ਫਿਰਦੀ ਆ। ਕਿਵੇਂ ਆ ਬੱਕਰੀ? ਤੈਨੂੰ ਨਹੀਂ ਬਾਹਰ ਕੱਢਣਾ, ਉਹਦੇ ਨੁਕਸਾਨ ਕਰਤਾ। ਆਹ ਦੇਖੋ ਲਾ, ਆ ਇੱਥੋਂ ਪੈਰ ਮਾਰੇ ਆ ਕੇ। ਆ ਵੀ ਜੋਧੇ ਆ, ਲਾ ਲਾ ਲਾ, ਉੱਤੋਂ ਦੀ ਨਾ ਕਿਤੇ ਟੱਪ ਜੀ ਨੂੰ। ਹੈਂ ਦੇਖਿਓ, ਹੁਣ ਆਪਾਂ ਉੱਥੇ ਜਾਵਾਂਗੇ, ਭੱਜ ਕੇ ਆਊਗਾ ਫਿਰ ਮਾੜਾ। ਉਹਦੇ ਗਾਹ ਪਾਉਂਦਾ ਫਿਰਦਾ ਉੱਧਰ, ਪੂਰਾ ਮੱਸਰਿਆ ਹੋਇਆ। ਹਾਂ ਦੇਖੋ, ਕੋਲ ਦੀ ਨੰਘਾ ਜਿਹਦਾ ਦੰਦੀ ਭਰਨ ਨੂੰ ਆਉਂਦਾ। ਵਾਲਾ ਮੱਛਰਿਆ ਹੋਇਆ। ਬੰਦਾ ਬਣ ਜਾ, ਬੰਦਾ ਬਣ ਜਾ, ਬੰਦਾ ਵੱਧ ਮੱਸਰਿਆ ਹੋਇਆ ਤੇਰਾ, ਸ਼ਾਮ ਨੂੰ ਇੰਜਣ ਕਰਨਾ ਤੇਰਾ। ਕਿਉਂ ਆਪਾਂ ਲਿਆ ਕੇ ਖੜਾ ਦਿੱਤਾ ਸੀਗਾ ਉਰੇ, ਉਹ ਦੇਖੋ ਟਰਾਲੀ ਪਾ ਕੇ, ਜਦੋਂ ਕੁ ਟਾਈਮ ਲੱਗੂ ਚਲੇ ਜਾਵਾਂਗੇ। ਲਓ ਜੀ ਮੇਰੇ ਵੀਰੇ, ਉਹ ਧੁੱਪ ਪੂਰੀ ਕੈੜੀ ਆ, ਦੁਪਹਿਰ ਦਾ 1 ਵੱਜ ਚੁੱਕਿਆ, ਅੱਜ ਨਜ਼ਾਰਾ ਲਿਆਦਾ ਧੁੱਪ ਨੇ, ਘੋੜੀਆਂ ਸਾਰੀਆਂ ਉਹ ਫਿਰਦੀਆਂ ਨੇ। ਅਤੇ ਦੇਖਦੇ ਹਾਂ ਹੁਣ ਆਪਾਂ ਵੀ ਤੁਰਦੇ ਹਾਂ ਫਿਰ, ਬਹੁਤ ਟਾਈਮ ਹੋ ਗਿਆ ਹੁਣ ਤਾਂ। ਉੱਥੇ ਮੋਟਰ 'ਤੇ ਜਾ ਕੇ ਬਹਿਣੇ, ਉੱਥੇ ਅੱਡ ਹੀ ਸਵਾਦ ਆ ਮੋਟਰ 'ਤੇ ਬਹਿਣ ਦਾ ਤਾਂ। ਅਤੇ ਉਹ ਦੇਖੋ ਤਿਆਗੀ ਵੀ ਕਹਿੰਦੇ, ਉਹ ਧੁੱਪੇ ਬੰਨਿਆ ਹੋਇਆ ਅੱਜ, ਧੁੱਪ ਸੇਕਦਾ। ਕਿਵੇਂ ਤਿਆਗੀ? ਅੱਗੇ ਚਲੋ ਫਿਰ ਮਾਰੀਏ ਸੈਲਫ ਅਤੇ ਹੌਲੀ ਹੌਲੀ ਤੁਰੀਏ, ਮੋਟਰ 'ਤੇ ਪਹੁੰਚ ਕੇ ਮਿਲਦੇ ਹਾਂ ਬਾਕੀ ਤੁਹਾਨੂੰ। ਧੁੱਪ ਨੇ ਤਾਂ ਸਿਰਾ ਹੀ ਘਰਾ ਛੱਡਿਆ, ਪਤਾ ਨਹੀਂ ਕਿੱਧਰੋਂ ਨਿਕਲਿਆ ਜੀ, ਇੰਨੇ ਦਿਨਾਂ ਦਾ ਬੁਰਾ ਹਾਲ ਸੀ, ਅੱਜ ਪਤਾ ਨਹੀਂ ਕਿੱਧਰੋਂ ਨਿਕਲਿਆ ਜੀ। ਚਲੋ ਵਧੀਆ ਗੱਲ, ਆਪਣਾ ਸਰ ਜੂਗਾ। ਅਤੇ ਚਲੋ ਫਿਰ ਉੱਥੇ ਪਹੁੰਚ ਕੇ ਮਿਲਦੇ ਹਾਂ ਤੁਹਾਨੂੰ। ਲਓ ਜੀ ਕਹਿੰਦੇ ਪਹੁੰਚ ਚੁੱਕੇ ਹਾਂ ਆਪਾਂ। ਉਹ ਪਹਿਲੇ ਕਿਨਾਰੇ 'ਚ ਚੱਲ ਰਹੀ ਆ ਜ਼ਮੀਨ, ਪਰਲੇ ਪਾਸੇ ਜੇ ਉੱਧਰ ਦੀ ਮਾੜਾਂਗੇ। ਉਹ ਚੱਲਦੀ ਆ ਮਸ਼ੀਨ। ਚਲੋ ਫਿਰ ਇਹਨੂੰ ਲਾਈਏ, ਇਹਨੂੰ ਇੱਧਰ ਖੜਾਉਂਦੇ ਹਾਂ ਬਾੜ ਕੇ। ਲਓ ਜੀ ਕਹਿੰਦੇ ਦੇਖੋ, ਉਹ ਚੱਲਦੀ ਆ ਮਸ਼ੀਨ, ਉਹ ਸਾਹਮਣੇ ਖੜੀ ਆ ਵੱਡੀ ਟਰਾਲੀ। ਆਪਾਂ ਵੀ ਹੁਣ ਚੱਲਦੇ ਹਾਂ ਉੱਥੇ ਨੇੜੇ ਹੀ ਲਾਉਂਦੇ ਹਾਂ ਚੱਲ ਕੇ ਨਾੜ ਝੋਟ ਨੂੰ। ਆਹ ਥੋੜ੍ਹਾ ਹਲਕਾ ਇੱਧਰਲਾ, ਆਹ ਚੌਲ ਹਲਕਾ ਇੱਧਰਲਾ, ਹਜੇ ਠੀਕ ਆ। ਪੂਰੀ ਪੂਰੀ ਆ ਜਿਹੜਾ ਮੇਰੇ ਵੀਰੋ, ਆਹ ਖੜਾ ਕਹਿੰਦੇ ਝੋਟਾ, ਇੱਕ ਦੋ ਡਿੱਗੀ ਪਿਆ ਮੇਰੇ ਹਿਸਾਬ ਨਾਲ ਹਜੇ ਥਾਈ। ਆਹ ਦੇਖੋ ਆਹ ਚਾਰੇ ਵੱਡਿਆ, ਇੱਥੋਂ ਵੱਡੀ ਗਿਆ ਜਿਹਾ ਵੀ ਹੋਇਆ। ਆਹ ਉਰੇ ਹੁਣ ਕਰ ਦਿੰਦੇ ਹਾਂ ਬੰਦ। ਧੁੱਪ ਕੈੜੀ ਵਾਲੀ ਹੋ ਗਈ, ਹੁਣ ਤਾਂ ਗਰਮੀ ਲੱਗਣ ਲੱਗ ਗਈ, ਇੰਨੀ ਕੈੜੀ ਹੋ ਗਈ ਧੁੱਪ। ਬਾਕੀ ਉੱਤੇ ਤਾਰਾਂ ਆਵਾਜ਼ ਦੇਖੋ, ਹੁਣ ਪਤਾ ਨਹੀਂ ਤੁਹਾਨੂੰ ਸੁਣਦੀਆਂ ਹੋਣੀਆਂ ਕੈਮਰੇ 'ਚ ਕਿ ਨਹੀਂ। ਆਹ ਦੇਖੋ ਮੇਨ ਤਾਰਾਂ, ਵੱਡੀ ਲਾਈਨ ਆ ਇਹ,
ਬਾਹਲੀ ਉੱਚੀ ਆਵਾਜ਼ ਕਰ ਰਹੀਆਂ ਸ਼ਰ ਦੀ। ਦੇਖੋ ਜੇ ਸੁਣਦੀ ਆ, ਮੈਨੂੰ ਤਾਂ ਸਾਫ਼ ਸੁਣ ਰਹੀ ਆ। ਬਾਕੀ ਦੇਖੋ ਪਹੁੰਚ ਗਈ ਮਸ਼ੀਨ, ਲੱਗੀ ਪਈ ਆ ਜ਼ੋਰਾਂ ਸ਼ੋਰਾਂ 'ਤੇ। ਟਰਾਲੀਆਂ ਦਾ ਫਰਕ ਚੈੱਕ ਕਰੋ ਮੇਰੇ ਵੀਰੋ, ਦੇਖੋ ਕਿਵੇਂ ਝੋਟਿਆ। ਇਹ ਹੈਗੀ ਆ 14 ਫੁੱਟੀ, ਇਹ 16 ਫੁੱਟੀ, 2 ਫੁੱਟ ਨਾਲ ਹੀ ਬਹੁਤ ਫਰਕ ਪੈ ਜਾਂਦਾ। ਦੇਖੋ ਇਹ ਇੱਥੇ ਕੀ ਮੁੱਕ ਗਈ, ਇੱਧਰੋਂ ਸਾਈਡ ਤੋਂ ਦਿਖਾਉਣ ਜਾਂਦਾ, ਇੰਨਾ ਫਰਕ ਪੈ ਗਿਆ, ਇੰਨਾ ਇੰਨੀ ਬਾਹਰ ਆ ਮਗਰ ਨੂੰ। ਉਹ ਮੂਹਰੋਂ ਵੀ ਦਿਖਾ ਦਿੰਦੇ ਹਾਂ, ਲਗਭਗ ਬਰਾਬਰ ਹੀ ਖੜੀਆਂ ਨੇ, ਦੇਖੋ ਜਮਾਂ ਹੀ ਬਰਾਬਰ ਨੇ ਮੂਹਰੋਂ ਟਰਾਲੀਆਂ ਦੋਨੇ। ਮਗਰੋਂ ਦੇਖੋ ਇੰਨਾ ਫਰਕ ਪੈ ਗਿਆ ਮਗਰੋਂ, ਇਹ ਉੱਚੀ ਲੰਬੀ ਵੀ ਵੱਧਦਾ, ਬੈੱਡ ਵੀ ਦੇਖੋ ਇਹਦੇ ਉੱਚੇ ਜਾਂਦੇ ਇਹਦੇ ਨਾਲੋਂ। ਉਹ ਚੱਲਦੀ ਆ ਕਹਿੰਦੇ ਗਰਦ ਉੱਡਦੀ, ਦੇਖੋ ਅੱਜ ਦਿਨ ਵਧੀਆ ਲੱਗਿਆ, ਇਹ ਤਾਂ ਹੀ ਲੱਗ ਗਿਆ ਵੱਢਣਾ ਆਪਾਂ ਇਹ ਝੋਟੇ ਦੋਨੇ ਹੀ। ਲਓ ਜੀ ਪਰਲੇ ਪਾਸੇ ਲਾਉਣੀ ਆ ਟਰਾਲੀ, ਉੱਧਰ ਪਊਗਾ ਇੰਨਾ ਆਲਾ ਵੱਢ ਕੇ ਗਿਆ ਰਾ, ਇਹ ਥੋੜ੍ਹਾ ਵੱਧ ਖਰਾਬ ਆ, ਇਹ ਧੁੱਪੇ ਧੁੱਪੇ ਵੱਢਿਆ, ਉਹ ਬਾਕੀ ਦਾ ਵਧੀਆ ਖੜਾ ਝੂਣਾ ਸਾਰਾ ਹੀ। ਇੱਧਰ ਲਾ ਦਿੰਦੇ ਚੱਕੋ, ਲਓ ਜੀ ਚੱਕੋ ਉੱਧਰ ਪੈਣ ਲੱਗ ਗਿਆ ਡਿੱਗੇ ਨੂੰ ਵੀ, ਝੋਟੇ ਨੂੰ ਉੱਧਰ ਹੀ ਲੈ ਕੇ ਚੱਲਦੇ ਹਾਂ, ਉਹਨੇ ਫਿਰ ਨੇੜੇ ਹੀ ਖੜਨਗੇ ਦੋਨੇ, ਨਾਲੇ ਵੀਡੀਓ ਵੂਡੀਓ ਬਣਾਵਾਂਗੇ। ਲਓ ਜੀ ਚਲੀ ਗਈ ਪਹਿਲਾਂ ਡਿੱਗ ਪਾ ਕੇ, ਆਹ ਖੜਾ ਦੇ ਦੋਨੇ ਲਿਆ ਕੇ ਇਕੱਠੇ ਭਾਈ ਭਾਈ, ਇਹਦੇ ਆਹ ਇੰਨਾ ਬਾਹਲਾ ਵਧੀਆ ਕੰਮ ਆ ਵੀ, ਆਹ ਖੁੱਲ੍ਹਾ ਦਿੱਤਾ ਸਾਰਾ, ਹਵਾ ਸਿੱਧੀ ਖਿੱਚਦਾ ਅੰਦਰ ਨੂੰ, ਇਹ ਆਹ ਕੰਮ ਬਾਹਲਾ ਵਧੀਆ। ਜੌਨ ਡੀਅਰ ਦਾ ਚਲੋ ਹੈਗਾ ਹੀ ਆ, ਉਹਦੇ ਤਾਂ ਸਿੱਧੀ ਚਾਲੀ ਆ, ਆਹ ਸ਼ੋਅ ਦਾ ਫਾਇਦਾ ਇਹੀ ਆ ਵੀ ਇਹਦਾ ਆਹ ਪੂਰੀ ਹਵਾ ਉੱਪਰੋਂ ਵੀ ਜਾਂਦੀ ਇਹਦੇ ਵਿੱਚ, ਜਿਹੜੇ ਲੋਕ ਕਹਿੰਦੇ ਵੀ ਐਂ ਨੀਵੀਂ ਜਿਹੇ ਸ਼ੋਅ ਆ, ਇਹ ਤਾਂ ਹਜੇ ਬਹੁਤ ਸੁਨੱਖਾ ਲੱਗਦਾ, ਜਿਹੜੇ ਪੁਰਾਣੇ ਮਾਡਲ ਸੀਗੇ ਉਹ ਥੋੜ੍ਹੇ ਜਿਹੇ ਵੱਧ ਥੱਲੇ ਨੂੰ ਝਾਕਦੇ ਸੀ, ਇਹਦਾ ਹਜੇ ਫਿਰ ਗੁੱਸੇ ਜਿਹੇ ਝਾਕਦਾ। ਅਤੇ ਆਹ ਇਹਦੀ ਇਹਦਾ ਵੀ ਮਤਲਬ ਹੈਗਾ ਕੋਈ ਚੀਜ਼ ਦਾ, ਜਿਹੜਾ ਇਹਨਾਂ ਨੇ ਵਿੰਗ ਪਾਇਆ ਵੀ ਸਾਰੇ ਪਾਸੇ ਉਹ ਹਵਾ ਜਾਂਦੀ ਹੈ ਇਹਦੇ ਅੰਦਰ, ਦੇਖੋ ਗਰਦ ਭਰਿਆ ਪਿਆ। ਚਲੋ ਝੋਟਾ ਹੀ ਆਉਂਦਾ ਦੇਖੋ, ਲੈ ਲੱਗਦਾ ਤਾਂ ਸੋਹਣਾ ਮੇਰੇ ਵੀਰੇ, ਉਹ ਦੱਸਿਓ ਫਿਰ ਕਮੈਂਟਾਂ 'ਚ, ਮੈਨੂੰ ਤਾਂ ਬਹੁਤ ਜਿੱਤਿਆ ਟਰੈਕਟਰ ਇਹ। ਆਹ ਤਾਂ ਚਲੋ ਹੈਗੀ ਝੋਟੇ ਨੇ, ਇਹ ਆਪਦੀ ਥਾਂ ਪੂਰੇ ਸਿਰਾਂ ਨੇ, ਇਹਦੀ ਧੌਣ ਚਕੀਲਾ, ਉਹ ਥੋੜ੍ਹਾ ਜਿਹਾ ਮਤਲਬ ਪਿਆਰ ਨਾਲ ਕੰਮ ਕਰਦਾ, ਉਹ ਬਾਹਲਾ ਆਕੜਦਾ ਨਹੀਂ, ਇਹਦੀ ਧੌਣ ਚਕੀਲਾ ਮੇਰੇ ਵੀਰੇ, ਇਹ ਤਾਂ ਹੀ ਸਿੱਧਾ ਝਾਕਦਾ ਝੋਟਾ। ਨੇਮ ਪਲੇਟ ਸਾਫ਼ ਰਹਿਣੀ ਚਾਹੀਦੀ ਆ ਇਹਦੀ ਵੀ। ਮੈਂ ਕਿ ਹੁਣ ਜੀ ਆਰ ਕੋਲ ਹੈਗਾ ਵਾ, ਆਪਾਂ ਇੱਕ 2-4 ਦਿਨਾਂ ਦੇ ਵਿੱਚ ਸਾਰਾ ਹੀ ਹੁਣ ਤਾਂ ਵੱਢ ਦੇਣਾ ਆਪਾਂ, ਕਾਫ਼ੀ ਟਾਈਮ ਹੋ ਗਿਆ, ਅੱਜ ਧੁੱਪ ਨੇ ਸਿਰਾ ਕਰਾਤਾ, ਅੱਜ ਤਾਂ ਰੱਬ ਨੇ ਸਾਥ ਦੇਤਾ, ਕੱਲ੍ਹ ਮੈਂ ਹਜੇ ਕਿਹਾ ਸੀਗਾ ਵੀ ਰੱਬ ਆਪਣਾ ਸਾਥ ਨਹੀਂ ਦਿੰਦਾ, ਅਤੇ ਅੱਜ ਦੇਤਾ ਦੇਖ ਲਓ, ਜਿਹੜੀ ਅੱਜ ਧੁੱਪ ਕਰਾਤੀ ਨਾ, ਮੈਂ ਆਹ ਲਾਹ ਦੀ ਜਾਕਟ ਜੀ, ਆਹ ਹੁਣ ਤਾਂ ਗਰਮੀ ਲੱਗਣ ਲੱਗ ਗਈ ਸੀਗੀ, ਸਵਾਦ ਹੀ ਲਿਆਤਾ ਅੱਜ ਦਾ। ਮੈਂ ਥੋੜ੍ਹਾ ਕੁ ਟਾਈਮ ਐਂ ਕਰ ਦੇਵੇ ਸਾਰੇ, ਹੁਣ ਅੱਜ ਸਾਰੇ ਲੱਗੇ ਹੋਏ ਆ, ਉਹ ਦੇਖੋ ਉੱਧਰ ਵੀ ਮਸ਼ੀਨ ਚੱਲਦੀ ਆ, ਵਧੀਆ ਵਧੀਆ ਅੱਜ ਸਾਰੇ ਮੌਕਾ ਕਹਿੰਦੇ ਚੱਕ ਲਓ ਮੇਰੇ ਵੀਰੋ, ਧੁੱਪ ਨੇ ਸਿਰਾ ਕਰਾ ਛੱਡਿਆ। ਅਤੇ ਹਾਂਜੀ ਮੇਰੇ ਵੀਰੋ, ਇੱਧਰ ਆਪਾਂ ਛਾਵੇਂ ਬਹਿ ਗਏ ਸੀਗੇ ਟਰੈਕਟਰ ਦੇ ਮਗਰਲੇ ਪਾਸੇ, ਬਾਕੀ ਆਹ ਟਾਇਰ ਚੈੱਕ ਕਰੋ ਮੇਰੇ ਵੀਰੋ, ਰੇਡੀਅਲ ਹੁਣ ਹਵਾ ਤਾਂ ਮੈਂ ਇਹਦੇ ਨਾਲ ਚੈੱਕ ਕਰਾ ਲਈ ਸੀ, ਹਵਾ ਸਹੀ ਆ, ਬਾਕੀ ਕਮੈਂਟਾਂ ਦੱਸੋ ਵੀ ਰੇਡੀਅਲ ਇੰਨੇ ਹੀ ਦੱਬਦੇ ਆ, ਹੋਰ ਕਿਸੇ ਦੇ ਪਵਾਇਆ ਹੋਊਗਾ,
ਬੀਕੇਟੀ ਦਾ ਰੇਡੀਅਲ ਆ ਇਹ ਟਾਇਰ, ਤੇ ਦੱਸਿਓ ਫਿਰ ਇੰਨੇ ਦੱਬਦੇ ਆ ਇਹ? ਦੇਖੋ ਕਿੰਨਾ ਦੱਬਿਆ ਪਿਆ ਟਾਇਰ, ਮੂਹਰੇ ਤਿੰਨ ਚਾਰ ਡਿੱਗ ਹੀ ਪਏ ਆ, ਹਜੇ ਮੂਹਰੇ ਮੂਹਰੇ ਹੀ ਨੇ ਉਹ ਵੀ, ਵਜਨ ਤਾਂ ਹੈਗਾ ਪਰ ਇੰਨਾ ਹੀ ਦੱਬਦਾ, ਤੁਸੀਂ ਕਮੈਂਟਾਂ 'ਚ ਦੱਸਿਓ। ਆ ਮੂਰ ਦਾ ਹੈਗਾ ਐਗਰੀਮੈਕਸ ਵਾਲਾ ਮਾਡਲ, ਇਹ ਮਗਰ ਦਾ ਇਹ ਨਵਾਂ ਮਾਡਲ ਆਇਆ ਸੀਗਾ RT 857, ਅਤੇ ਉਹ ਵਾਲਾ ਤਾਂ ਨਵਾਂ ਮਾਡਲ, ਉਹ ਮਤਲਬ ਪੁਰਾਣਾ ਹੀ ਆ, ਤਾਂ ਕੰਪਨੀ ਨੇ ਦਿੱਤਾ ਸੀ ਟਾਇਰ RT 855, ਉਹ ਇਹ RT 857, ਅਤੇ ਅਸੀਂ ਇਹ ਮਤਲਬ ਉਹ ਤੋਂ ਦੋ ਮਾਡਲ ਗਾਂਹ ਹੋ ਗਿਆ ਇਹ, ਜਿਹੜਾ ਸਭ ਤੋਂ ਨਵਾਂ ਮਾਡਲ ਸੀ ਉਹ ਪਵਾਇਆ ਸੀ ਆਪਾਂ ਮਗਰ ਇਹਦੇ ਟਾਇਰ ਦਾ। ਬਾਕੀ ਦੱਬਿਆ ਦੇਖੋ ਕਿੰਨਾ ਹੋਇਆ, ਪਰ ਐਂ ਵੀ ਹੁੰਦਾ ਘੱਟ ਹਵਾ ਨਾਲ ਨਾ ਫਿਰ ਜੋਰ ਵੀ ਟਰੈਕਟਰ ਵੱਧ ਮਾਰਦਾ ਹੁੰਦਾ, ਸਲਿੱਪ ਸਲੁੱਪ ਨਹੀਂ ਕੱਢਦਾ, ਪਰ ਰੇਡੀਅਲ ਟਾਇਰਾਂ 'ਚ ਤਾਂ ਊਂ ਵੀ ਨਹੀਂ ਸਲਿੱਪ ਕੱਢਦਾ ਇਹ। ਆਹ ਟਾਇਰ ਵੀ ਪਵਾ ਦਿਉ, ਕੋਈ ਬੰਦਾ ਕਰੋ ਸਪੋਂਸਰ, ਆਹ ਟਾਇਰ ਵੀ ਪਵਾਈਏ ਆਪਾਂ, ਝਾਕਦੇ ਆ ਮਸ਼ੀਨ ਆ ਗਈ ਲੱਗਦੀ ਆ, ਗਰਦ ਜੀ ਉੱਡੀ ਆ ਦੇਖੋ। ਬਾਕੀ ਦੱਸਿਓ ਹਵਾ ਇੰਨੀ ਹੁੰਦੀ ਆ, ਅਤੇ ਚਲੋ ਫਿਰ ਹੁਣ ਲੱਗੇ ਪਏ ਹਾਂ ਜੋਰਾਂ ਸ਼ੋਰਾਂ 'ਤੇ। ਲਓ ਜੀ ਡਿੱਗ 'ਤੇ ਡਿੱਗ ਪਈ ਜਾਂਦਾ ਦੇਖੋ, ਚੱਲੇ ਜਾਂਦਾ ਉਹ ਖੜਾ ਕਹਿੰਦਾ ਝੂਟਾ ਉਹ, ਆਪਾਂ ਹੁਣ ਇਹਦੇ ਡਿੱਗ ਪਵਾਉਣੇ ਆ, ਇੱਕ ਮਸ਼ੀਨ ਉਹ ਚੱਲਦੀ ਆ ਸਾਹਮਣੇ, ਚੱਲੇ ਜਾਂਦਾ ਕੰਮ ਇਹਨੂੰ ਜ਼ੋਰਾਂ ਸ਼ੋਰਾਂ 'ਤੇ। ਅਤੇ ਮਿਲਦੇ ਹਾਂ ਇੱਧਰ ਬਾਸਮਤੀ ਆ, ਉਹ ਪਰੇ 26 ਆ। ਲਓ ਜੀ ਇੱਧਰ ਦਾ ਵੱਢਿਆ ਗਿਆ ਸਾਰਾ, ਆਹ ਦੇਖੋ ਆਹੀ ਨੇੜੇ ਮਗਰੋਂ ਖਾਲੀ ਪਈ ਆ, ਅਤੇ ਹੁਣ ਉਹ ਵਾਲੇ ਕਿਆਰੇ 'ਚ ਵਾੜਨ ਲੱਗਿਆ, ਰੰਗ ਦਾ ਤੁਹਾਨੂੰ ਫਰਕ ਦਿੰਦਾ ਹੀ ਹੋਣਾ। ਆਹ ਵਾਲਾ ਝੋਨਾ ਸਹੀ ਆ, ਉਹਨੂੰ ਗੋਲੀ ਵੱਧ ਪਈ ਹੋਈ, ਉਹ ਕਾਲਾ ਹੋਇਆ ਹੋਇਆ ਦੇਖੋ, ਇਹ ਆਹ ਦੇਖੋ ਰੰਗ ਦਾ ਫਰਕ ਦਿੰਦਾ ਹੋਣਾ ਤੁਹਾਨੂੰ, ਆਹ ਯੈਲੋ ਆ ਉਹ ਕਾਲਾ ਹੋਇਆ ਹੋਇਆ, ਅਤੇ ਉਹ ਆਪਾਂ ਵੱਢਣਾ ਆਹ ਟਰਾਲੀ 'ਚ ਪਾਵਾਂਗੇ ਉਹ ਵਾਲਾ ਕਾਲਾ ਝੋਨਾ, ਕਿਉਂਕਿ ਆਪਾਂ ਸਾਰੀ ਟਰਾਲੀ ਕਿਉਂ ਖਰਾਬ ਕਰਨੀ ਆ ਨਿਕਲੇ। ਆਹ ਦੇਖੋ ਇਹ 'ਚ ਝੋਨਾ ਸੋਨੇ ਰੰਗਾ ਦੇਖ ਲਓ, ਉਹਦਾ ਹੁਣ ਤੁਹਾਨੂੰ ਰੰਗ ਦਿਖਾਵਾਂਗੇ, ਦੇਖੋ ਰੰਗ ਤਾਂ ਉਵੇਂ ਫਰਕ ਪਤਾ ਲੱਗਦਾ ਹੀ ਹੋਣਾ, ਉਹ ਆਪਾਂ ਉਹ 'ਚ ਭਰਾਂਗੇ। ਅਤੇ ਫਿਰ ਉਹ ਮੂਹਰੇ ਬਾਸਮਤੀ ਆ, ਉਹ ਵੀ ਵੱਢਣੀ ਆ, ਇਹ 26 ਆ ਸਾਰਾ, ਆਹ ਵੀ 26 ਸੀ ਦੇਖ ਲਓ, ਦੋਨੇ ਇਕੱਠੇ ਬੀਜੇ ਸੀਗੇ ਤਾਂ ਵੀ ਉਹਨੂੰ ਗੋਲੀ ਵੱਧ ਪੈ ਗਈ, ਇਹ ਠੀਕ ਆ, ਆਹ ਵਾਲਾ 11 ਵੀ ਠੀਕ ਸੀਗਾ, ਉਹ ਪੈ ਹੋ ਹੀ ਜਾਂਦਾ। ਚਲੋ ਉਹ ਵੜ ਗਈ ਕਹਿੰਦੇ ਮਸ਼ੀਨ, ਅਤੇ ਹੁਣ ਇਹਨੂੰ ਉਰੇ ਛੱਡਦੇ ਹਾਂ, ਉਹ ਝੋਟਾ ਚੱਕ ਕੇ ਆਪਾਂ ਉਹ 'ਚ ਪਵਾਉਣਾ ਹੁਣ ਡਿੱਗ ਅਗਲਾ। ਲਓ ਜੀ ਆਪਾਂ ਇੱਧਰ ਦਰਖਤ ਕੋਲੇ ਲਾ ਲਿਆ ਸੀ ਖੜਾ ਕੇ, ਅਤੇ ਉਹ ਚੈੱਕ ਕਰੋ ਕਹਿੰਦੇ ਉੱਪਰ ਦੀ ਗੇੜਾ ਦਿਆ ਇੱਕ, ਉਹ ਆਉਂਦੀ ਡਿੱਗ ਹਜੇ ਵੀ ਨਹੀਂ ਭਰਿਆ, ਝਾੜ ਇਹਦਾ ਘੱਟ ਹੋਊਗਾ, ਬਾਕੀ ਦੇਖਦੇ ਹਾਂ ਹੁਣ ਕਦੋਂ ਉਹ ਭਰੂਗਾ, ਨਹੀਂ ਤਾਂ ਇੰਨੇ 'ਚ ਡਿੱਗ ਭਰ ਜਾਂਦੇ। ਉਹ ਦੇਖੋ ਇੱਕ ਬੰਦਾ ਆਪਣਾ ਬੁੱਢਾ ਭਾਈ ਉੱਤੇ ਆ, ਦੋ ਮਗਰ ਤੁਰੇ ਆਉਂਦੇ ਇੱਕ ਮਸ਼ੀਨ ਵਾਲਾ, 5 ਜਣੇ ਅੱਜ ਅਸੀਂ, ਕੰਮ ਚੱਲਦਾ ਪੂਰਾ ਜ਼ੋਰਾਂ 'ਤੇ, ਉਹ ਖੜਾ ਬਾਕੀ ਦੂਜਾ ਵਿਊਜ, ਅਤੇ ਇੱਕ ਉਹ ਦੇਖੋ ਇੱਕ ਬੰਦਾ ਆਡੀਅਨ ਕਹਿ ਸਕਦੇ ਆਪਾਂ, ਇਹ ਵਿਚਾਰਾ ਜਿੱਦਾਂ ਖੜਾ ਉਰੇ ਦੇਖਦਾ ਮਸ਼ੀਨ ਚੱਲਦੀ, ਬਾਕੀ ਕੰਡੋ ਕੰਡ ਹੋ ਗਿਆ ਕੰਮ ਮੇਰੇ ਵੀਰੇ, ਉਹ ਆਹ ਕੋਟ ਜਿਹਾ ਵੀ ਭਰ ਗਿਆ, ਹੁਣ ਤਾਂ ਗਰਮੀ ਲੱਗਣ ਲੱਗ ਗਈ, ਧੁੱਪ ਨੇ ਤਾਂ ਅੱਜ ਨਜ਼ਾਰਾ ਹੀ ਲਿਆ ਤਾ। ਉਹ ਚੈੱਕ ਕਰੋ ਬਾਕੀ ਦੇਖਦਾ ਹੁਣ ਕਦੋਂ ਭਰਦਾ, ਪਹਿਲਾਂ ਡਿੱਗ ਫਿਰ ਪਵਾਉਂਦੇ ਚੱਲ ਕੇ, ਪੱਲੜ ਪੁੱਲੜ ਜਿਹੇ ਵੀ ਸੈੱਟ ਕਰਨੇ ਆ ਹਜੇ ਆਪਾਂ। ਲਓ ਜੀ ਫਾਈਨਲੀ ਪਹਿਲਾਂ ਡਿੱਗ ਪੈ ਚੁੱਕਿਆ, ਅਤੇ ਦਾਣੇ ਦਾ ਰੰਗ ਦਿਖਾਉਂਦੇ ਆ ਤੁਹਾਨੂੰ, ਗੋਲੀ ਤਾਂ ਇੰਨੀ ਹੈ ਨਹੀਂ, ਉਹ ਰੰਗ ਥੋੜ੍ਹਾ ਜਿਹਾ ਹੈਗਾ ਕਾਲਾ, ਹੈਨਾ ਆਹ ਦੇਖੋ, ਇੰਨਾ ਵੀ ਜ਼ਿਆਦਾ ਮਾੜਾ ਨਹੀਂ ਪਰ ਉਹਦੇ ਨਾਲੋਂ ਤਾਂ ਵੱਧ, ਉਹਦੇ ਨਾਲੋਂ ਤਾਂ ਕਾਫੀ ਫਰਕ ਆ ਰੰਗ, ਉਹ ਤਾਂ ਜਮਾਂ ਹੀ ਸੋਨੇ ਰੰਗਾਂ 'ਚ ਹੁੰਦਾ। ਚੱਲ ਕੋਈ ਨਹੀਂ ਆਪਾਂ ਇੰਨੇ ਜੀ ਨਿਕਲ ਹੀ ਜਾ ਪਾ ਚੱਕੋ ਪਹਿਲਾਂ ਬਸ ਆਉਂਦੇ।
ਹਾਂ ਸਾਰੇ ਦੱਬ ਦੇ ਪੱਲੜ ਦੇ ਥੱਲੇ ਲਓ ਜੀ ਦੂਜਾ ਡਿੰਗ ਆ ਚੁੱਕਿਆ ਇਹਦਾ ਮੇਰੇ ਵੀਰੇ ਵਧੀਆ ਆਹ ਜਮਾ ਹੀ ਟੱਚ ਨਹੀਂ ਕਰਦਾ ਆਪਾਂ ਇਹਦੇ ਨਾਲ ਵੱਢਿਆ ਗਿਆ ਹੈਂ ਸਾਫ਼ ਹੋ ਗਿਆ ਹਾਂ ਊਂ ਤਾਂ ਸਾਫ਼ ਆ ਦਾਣਾ ਠੀਕ ਆ ਬਾਕੀਆਂ ਨਾਲੋਂ ਤਾਂ ਵੀ ਹਾਂ ਕਿਵੇਂ ਕਰਨਾ ਹਾਂ ਅੱਛਾ ਹਾਂ ਬਸ ਠੀਕ ਆ ਸਹੀ ਗੱਲ ਆ ਸਹੀ ਗੱਲ ਉਹ ਤਾਂ ਵੱਧ ਹੀ ਜਾਣਾ ਝਾੜ ਚੱਲ ਆਪਾਂ ਨੂੰ ਤਾਂ ਝਾੜ ਹੀ ਚਾਹੀਦਾ ਵਧੀਆ ਹਾਂ ਬਸ ਠੀਕ ਆ ਲਓ ਜੀ ਇੱਧਰਲੇ ਪਾਸੇ ਲਾ ਲਿਆ ਟਰੈਕਟਰ ਤੀਜਾ ਡਿੱਗ ਆ ਰਿਹਾ ਵੀ ਖੜਾ ਚਾਕ ਦਾ ਕਹਿੰਦਾ ਮੇਰੇ 'ਚ ਵੀ ਪਾਓ ਮਾੜਾ ਮੋਟਾ ਇੱਧਰਲੇ ਪਾਸੇ ਲਾਉਣਾ ਪਿਆ ਹੁਣ ਗਰ ਤਾਂ ਸਿੱਧੀ ਆ ਰਹੀ ਆਪਣੇ ਵੱਲ ਨੂੰ ਆਹ ਟਾਕ ਲਈਏ ਫਿਰ ਲਓ ਜੀ ਆਹ ਉੱਧਰ ਦਾ ਨਿਬੜ ਗਿਆ ਟਰਾਲੀ ਲਾਤੀ ਉਰੇ ਇੱਧਰਲੇ ਪਾਸੇ ਹੀ ਪਾਉਣਗੇ ਹੁਣ ਵੱਟ ਨਹੀਂ ਟਪਾਉਣੀ ਉਹਨੂੰ ਵੀ ਥੱਲੇ ਲਿਆਉਣੇ ਟਰੈਕਟਰ ਨੂੰ ਉਹਨੂੰ ਵੀ ਉਰਦੇ ਆਹ ਕਿਆਰੀ 'ਚ ਲਿਆਉਂਦੇ ਹਾਂ ਅਤੇ ਪਹਿਲਾਂ ਆਪਾਂ ਇਹ ਭਰਨੀ ਆ ਉਹ ਨਹੀਂ ਆਪਾਂ ਹਜੇ ਲੈ ਕੇ ਜਾਣਾ ਉਹਦੇ ਬੰਗੇ ਮੰਗਵਾਉਂਦੇ ਹਾਂ ਪਿੰਡੋਂ ਅਤੇ ਉਹਦੇ ਨਾਲ ਆਪਾਂ ਪਾਵਾਂਗੇ ਬੰਗੇ ਸਾਨੂੰ ਆਹ ਵਾਲੀ ਭਰ ਜੂਗੀ ਲਓ ਜੀ ਕਹਿੰਦੇ ਪਹਿਲੇ ਹਾਈ ਜੀ ਜਾਂਦਾ ਵੱਟ ਟਪਾ ਦਈਏ ਵੱਟ ਹੈਗੀ ਆ ਵੱਡੀ ਕਾਫੀ ਵੱਡੀ ਵੱਟ ਆ ਇਹ ਪਹਿਲੇ ਹਾਈ ਜੀ ਜਾਊ ਪਹਿਲੇ ਹਾਈ ਜੀ ਜਾਊ ਝੋਟਾ ਇੱਦਾਂ ਨਹੀਂ ਦੱਬਦਾ ਉਹਦੇ ਬਰਾਬਰ ਹੀ ਲਾ ਦਿੰਦੇ ਹਾਂ ਲਿਜਾ ਕੇ ਸਿੱਧੀ ਟਪਾ ਦੇਣੀ ਆ ਵੱਟ ਆਪਾਂ ਹਜੇ ਨਹੀਂ ਹੈਗਾ ਇੰਨਾ ਵਜਨ ਮੇਰੇ ਵੀਰੋ ਪਰ ਆਹ ਟਰਾਲੀ ਆ ਜਿਹੜੀ ਇਹਦਾ ਤਾਂ ਊਂ ਖਾਲੀ ਦਾ ਹੀ ਬਹੁਤ ਵਜਨ ਆ ਲਾ ਲਓ ਹਿਸਾਬ ਤੁਸੀਂ ਆਹ ਟਰਾਲੀ ਹੁੰਦਾ ਇਹਨੇ ਕੱਖ ਨਹੀਂ ਮੰਨਣਾ ਜਾਂ ਇਹਨੂੰ ਧੂਈ ਫਿਰਦਾ ਟਰਾਲੀ ਨੂੰ ਝੋਟਾ ਥੋੜ੍ਹਾ ਬੈਕ ਕਰਕੇ ਲਾ ਦਿੰਦੇ ਹਾਂ ਫਿਰ ਆਪਾਂ ਨਾ ਆਹ ਟਰਾਲੀ ਲੈ ਕੇ ਵੀ ਜਾਣੀ ਆ ਉੱਧਰ ਦੀ ਮੈਂ ਉਰੇ ਬਹੁਤ ਆ ਅਤੇ ਦਿਖਾਉਂਦੇ ਹਾਂ ਤੁਹਾਨੂੰ ਆਹ ਟਰਾਲੀ ਹੁਣ ਮਗਰਲਾ ਹਿੱਸਾ ਰਹਿ ਗਿਆ ਇਹ ਵਾਲੀ ਭਰ ਕੇ ਨਾ ਆਪਾਂ ਫਿਰ ਇਹ ਲੈ ਜਾਵਾਂਗੇ ਅਤੇ ਆਹ ਟਰਾਲੀ 'ਚ ਭਰ ਲੈਣਗੇ ਹੁਣ ਆਪਾਂ ਬੰਗੇ ਤਾਂ ਮੰਗਾ ਲਏ ਪਿੰਡੋਂ ਦੇਖੋ ਮੂਹਰੋਂ ਤਾਂ ਹੋ ਗਈ ਫੁੱਲ ਇਹਨੂੰ ਨਹੀਂ ਇਹਨੇ ਕੋਈ ਮੰਨਣਾ ਜਦ ਇਹਨੂੰ ਨਹੀਂ ਫੁੱਲ ਭਰੀ ਨੂੰ ਮੰਨਦਾ ਪਰ ਜਦੋਂ ਵੀ ਮੰਨਦਾ ਨਾ ਫਿਰ ਹਿੱਸਾ ਥੱਲੇ ਲੱਗਦਾ ਜਿਹਨੇ ਨਹੀਂ ਦੇਖਿਆ ਪੁਰਾਣਾ ਵਲੋਗ ਜਾ ਕੇ ਦੇਖੋ ਟਰਾਲੀ ਦਾ ਹਿੱਸਾ ਥੱਲੇ ਲਾਤਾ ਸੀ ਆਪਾਂ ਉੱਥੇ ਜਦੋਂ ਫਸੀ ਸੀ ਇਹ ਅਤੇ ਬਾਕੀ ਆਹ ਦੇਖੋ ਇਹ ਤੋਂ ਹੁਣ ਪਤਾ ਲੱਗਦਾ ਹੋਣਾ ਟਾਇਰ ਦੇਖੋ ਕਿਵੇਂ ਦਾ ਪਿਆ ਹੋਇਆ ਬਾਕੀ ਮਗਰੋਂ ਵੀ ਖਾਲੀ ਆ ਨਾ ਹਜੇ ਇਹ ਅਤੇ ਆਹ ਤਾਂ ਭੂਰੋ ਇਹ 'ਤੇ ਤਾਂ ਇੱਕ ਅੱਧਾ ਡਿੱਗ ਪੈਣਾ ਬਿਨਾਂ ਬੰਗਿਆਂ ਤੋਂ ਜੇ ਹੁਣ ਬੰਗੇ ਆ ਜਾਣ ਫਿਰ ਤਾਂ ਆਪਾਂ ਹੋਰ ਪਾ ਲਾਂਗੇ ਹੁਣ ਆਹੀ 'ਚੋਂ ਦੇਖਦੇ ਹਾਂ ਸਾਨੂੰ ਆਏ ਆ ਨਾ ਵੀ ਆਹ ਕਿਆਰੇ 'ਚੋਂ ਆਹ ਦੋਨੇ ਟਰਾਲੀਆਂ ਭਰ ਜਾਣ ਫਿਰ ਬਾਸਮਤੀ ਲਈ ਇੱਕ ਟਰਾਲੀ ਲਿਆਉਣ ਦੀ ਲੋੜ ਪਊਗੀ ਆਹ ਵੱਡੀ ਟਰਾਲੀ ਆਪਾਂ ਮੋੜ ਲਿਆਵਾਂਗੇ ਉਹ ਬਾਸਮਤੀ ਇਹ 'ਚ ਪਾ ਲਾਂਗੇ ਉਹ ਦੇਖੋ ਆਹ ਚੀਜ਼ ਮੈਂ ਦਿਖਾਉਂਦਾ ਜੀ ਮੇਰੇ ਵੀਰੋ ਦੇਖੋ ਲੈ ਇਹ ਆਪਾਂ ਕਿਸੇ ਨੂੰ ਦਿੱਤੀ ਸੀਗੀ ਟਰਾਲੀ ਅਤੇ ਟਰੈਕਟਰ ਟਰਾਲੀ ਦੋਨੇ ਹੀ ਆਹ ਦੇਖੋ ਮਸ਼ੀਨ ਦੇ ਉਹਦੇ ਨਾਲ ਘਸਾਤਾ ਜਿਹੜਾ ਉਹ ਆ ਨਾ ਦਾਣੇ ਪਾਉਣ ਵਾਲਾ ਉਹਦੇ ਨਾਲ ਘਸਾਤਾ ਆਪਾਂ ਤੋਂ ਨਹੀਂ ਅੱਜ ਥਾਈ ਲੱਗੀ ਤਾਂ ਹੀ ਤਾਂ ਕਹਿੰਦੇ ਆ ਵੀ ਮੰਗਵੀਂ ਚੀਜ਼ ਨੂੰ ਤਾਂ ਵੱਧ ਸਾਂਭ ਕੇ ਰੱਖਣਾ ਚਾਹੀਦਾ ਆਪਾਂ ਕਿਸੇ ਨੂੰ ਦਿੱਤਾ ਸੀ ਅਗਲੇ ਕੋਲ ਹੈ ਨਹੀਂ ਸੀ ਟਰੈਕਟਰ ਟਰਾਲੀ ਆਹ ਟਰਾਲੀ ਤਾਂ ਦੋਨੇ ਦਿੱਤੇ ਸੀ ਅਗਲੇ ਨੇ ਆਹ ਕਰਕੇ ਦੇਤਾ ਹੁਣ ਆਪਾਂ ਕੀ ਕਹਿ ਸਕਦੇ ਹਾਂ ਚਲੋ ਫਿਰ ਵੀ ਆੜੀ ਨੇ ਪਿੰਡ ਦੇ ਉਹ ਕਹਿ ਤਾਂ ਨਹੀਂ ਸਕਦੇ ਆਪਾਂ ਇਹ
ਉਹੀ ਨਹੀਂ ਕਰਾ ਲਾਂਗੇ ਤਾਂ ਪੱਟੀ ਪੁੱਟੀ ਭਰਾ ਕੇ ਨਾ, ਬਾਕੀ ਓਕੇ ਆ ਨਾ ਭਜਿਆ ਨਾ। ਹੁਣ ਦੇਖੋ ਦਾਣੇ ਦਾ ਤੁਹਾਨੂੰ ਫਰਕ ਇੱਥੋਂ ਪਤਾ ਲੱਗਦਾ ਹੁਣ, ਆਹ ਦੇਖੋ ਕਿਵੇਂ ਚਮਕਦਾ ਅਤੇ ਆਹ ਵਾਲਾ ਦੇਖੋ ਚੱਕ ਕੇ ਉੱਧਰ ਨਾ, ਬਾਹਲਾ ਫਰਕ ਨਹੀਂ। ਊਂ ਇਹ ਵੀ ਦਾਣਾ ਸਾਫ ਹੋ ਗਿਆ, ਊਂ ਤਾਂ ਕਾਫੀ ਹੱਦ ਤੱਕ ਝੜ ਗਈ ਗੋਲੀ ਜਿਹੀ ਉੱਤੋਂ, ਅਤੇ ਪਰ ਉਹਦੇ ਨਾਲ ਉਹਦਾ ਫਰਕ ਆ ਤਾਂ ਵੀ ਦਾਣੇ ਦਾ। ਚਲੋ ਫਿਰ ਬਹਿਨੇ ਆ ਉਰੇ ਅਤੇ ਆ ਲੈਣ ਤੋਂ ਡਿੱਗ, ਇਹਦੇ ਮਗਰ ਪਵਾ ਕੇ ਨਾ ਇਹਨੂੰ ਭਰਦੇ ਹਾਂ ਅਤੇ ਇਹ ਪਿੰਡ ਲੈ ਕੇ ਚੱਲਦੇ ਹਾਂ ਫਿਰ ਆਪਾਂ। ਲਓ ਜੀ ਹੁਣ ਬਰਾਬਰ ਕਰਨ ਲੱਗੇ ਹੋਏ ਨੇ, ਦੇਖੋ ਪੀ ਸੀ ਕੱਢ ਕੇ ਲੈ ਕੇ ਜਾਣੀ ਆ ਅੱਜ। ਦੋਨਾਂ ਦੀ ਲਓ ਜੀ ਆਖਰੀ ਡਿੱਗ ਆ ਗਿਆ, ਤੁਸੀਂ ਮਗਰ ਕਲਿੱਪ ਦੇਖ ਲਿਓਣੀ ਆ ਤੇ ਆਪਾਂ ਨਿਕਲ ਆਏ ਸੀ, ਬੰਦੇ ਪਹੁੰਚ ਗਏ। ਹਾਂਜੀ ਕਿੱਦਾਂ ਦੋਸਤੋ, ਘੋੜੀ ਵਾਂਗੂ ਜਾਂਦਾ ਛਾਲਾ ਮਾਰਦਾ ਹੈ। ਬਾਕੀ ਚਲੋ ਫਿਰ ਹੁਣ ਇਹਨੂੰ ਲਾਉਂਦੇ ਆ ਪਿੰਡ, ਮੁੜਨਾ ਵੀ ਆਪਾਂ ਲਾ ਕੇ ਦੁਬਾਰੇ। ਚਲੋ ਫਿਰ ਲੈ ਕੇ ਚੱਲੀਏ ਤੇ ਪਿੰਡ ਪਹੁੰਚ ਕੇ ਮਿਲਦੇ ਹਾਂ ਤੁਹਾਨੂੰ। ਲਓ ਜੀ ਮੰਡੀ 'ਚ ਪਹੁੰਚ ਗਏ ਤੇ ਚੱਕਣ ਲੱਗ ਗਏ ਲਿਫਟ। ਬੋਲਦੀ ਡਾਲ ਬੋਲਦਾ ਉਹ ਆ ਗਿਆ। ਚੱਕੋ ਆਹ ਲੀਵਰ ਨਾ ਬੋਲਦਾ, ਡਿਸਟ੍ਰੀਬਿਊਟਰ ਇਹਦੇ ਚਾਰ ਲੱਗੇ ਹੋਏ ਆ ਨਾ, ਮਾੜੀ ਰੇਸ ਇੱਧਰੋਂ ਹੀ ਦੇ ਦਿੰਦਾ। ਬਾਕੀ ਡਿਸਟ੍ਰੀਬਿਊਟਰਾਂ ਨਾਲ ਲਿਫਟ ਛੇਤੀ ਚੱਕੀ ਜਾਂਦੀ ਆ, ਜਿਵੇਂ ਆਪਣੀ ਜੋਨ ਡੀਅਰ ਦੀ ਸਿੱਧੀ ਲਿਫਟ ਲਾਉਣਾ ਨਾ ਉਹ ਥੋੜ੍ਹੇ, ਇਹ ਦੇਖੋ ਇਹਦਾ ਮਿੰਟੋ ਮਿੰਟੀ ਚੱਕੀ ਜਾਂਦਾ, ਉਹ ਥੋੜ੍ਹਾ ਹੌਲੀ ਹੌਲੀ ਚੱਕਦਾ। ਬਾਕੀ ਚਲੋ ਫਿਰ ਹੁਣ ਖਾਲੀ ਕਰਕੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ। ਆਹ ਢੇਰੀ ਲਾ ਤੀ, ਕਾਫੀ ਵੱਡੀ ਢੇਰੀ ਲਾ ਤੀ, ਦੇਖੋ ਇਹ ਐਂ ਲੋਕ ਲੱਗਦਾ ਮੇਰੇ ਜਿਹੜੇ, ਆਹ ਦੇਖੋ ਇਹ ਤਾਂ ਹੀ ਥੋੜ੍ਹੀ ਲਿਫਟ ਚੱਕਣੀ ਪੈਂਦੀ ਆ, ਇਹ ਲੋਕ ਬੰਦ ਕਰ ਦਿੰਦੇ ਐਂ ਘੁੱਟ ਲੈਂਦੇ ਡਾਲਾ। ਠੀਕ ਆ ਬਾਕੀ ਚੰਗਾ ਆ ਗਿਆ ਇਹਦੇ ਵਿੱਚ ਲਾ, 3.5 ਕਿੱਲਿਆਂ ਦਾ ਮਾਲ ਆ ਹਾਂ, ਹੋਰ ਆਉਂਦਾ ਹਜੇ ਅਤੇ ਉਹ ਟਰਾਲੀ ਆਪਾਂ ਅੱਡ ਲਾਵਾਂਗੇ, ਉਹ 'ਚ ਥੋੜ੍ਹਾ ਕਾਲਾ ਦਾਣਾ ਸੀ। ਲਓ ਜੀ ਟਰਾਲੀ ਲਾ ਕੇ ਹੁਣ ਆਪਾਂ ਇਹ ਤੇਲ ਪਵਾਉਣ ਚੱਲੇ ਹਾਂ। ਦੇਖੋ ਸੀਜ਼ਨ 'ਚ ਤਾਂ ਕਹਿੰਦੇ ਤੇਲ ਦਾ ਇਹ ਖੂਹ ਹੁੰਦੇ ਨੇ, ਨਹੀਂ ਡੇਲੀ ਹੁਣ ਜਾ ਕੇ ਫੁੱਲ ਕਰਾਉਂਦੇ ਹਾਂ ਇਹਨੂੰ ਦੁਬਾਰੇ ਅਤੇ ਫਿਰ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ। ਲਓ ਜੀ ਹੁਣ ਗੈਸ ਚੈੱਕ ਕਰਿਓ ਇਹਦੇ ਵਿੱਚ ਕਿੰਨੀ ਹੋਊ, ਦੇਖਿਓ ਸਾਹ ਆ ਜਾਂਦਾ ਟੈਂਕੀ ਨੂੰ ਦੇਣਾ ਖੋਲ੍ਹੇ ਨੇ, ਕਰ ਦਿਓ ਹੁਣ ਇਹਨੂੰ ਫੁੱਲ ਕਮੈਂਟਾਂ ਆਪਣੇ ਕਰ। ਲਓ ਜੀ ਪਹੁੰਚ ਗਏ ਉਰੇ ਵਾਪਸ, ਦੂਜਾ ਉਹ ਵੀ ਟਰੈਕਟਰ ਤਿਆਰ, ਉਹ ਵੀ ਕੱਢਦੇ ਹਾਂ ਹੁਣ ਬਾਹਰ, ਇਹਨੂੰ ਲਾਈਏ ਪਹਿਲਾਂ ਟਿਕਾਣੇ 'ਤੇ। ਉਹਦੇ ਮਸ਼ੀਨ ਚੱਲਦੀ ਬਾਸਮਤੀ 'ਚ ਐਂਟਰੀ ਹੋ ਚੁੱਕੀ ਆ, ਉਹ ਦੇਖਿਓ ਦੇਖੀ ਡੇਗਣਾ ਪਈ। ਲਓ ਜੀ ਆਹ ਵਾਲੀ ਟਰਾਲੀ ਆਪਾਂ ਆਹ ਲਾ ਤੀ, ਉਹ ਕੱਪ ਹੀ ਲਾ ਲੂਗਾ ਆਪਣਾ, ਅਤੇ ਹੁਣ ਉਹ ਟਰਾਲੀ ਬਾਹਰ ਕੱਢਦੇ ਹਾਂ, ਉਹ ਖੜ੍ਹੀ ਆ
ਤੇ ਬਣਾਉਂਦੇ ਆ ਵੀਡੀਓ ਘੈਂਟ ਜਿਹੀ ਉਹ ਗਾਂਹ ਦਿਖਾਉਂਦੇ ਰੀਲ ਹਾਂ ਗਾਹ ਪਾਇਆ ਇਹਨਾਂ ਨੇ ਜੇ ਤੁਸੀਂ ਮਗਰਲੀ ਕਲਿੱਪ ਦੇਖ ਲਿਓਣੀ ਆ ਆਹ ਟਰਾਲੀ ਨੂੰ ਤਾਂ ਕੁਛ ਨਹੀਂ ਮਾਰਦਾ ਉਹ ਗੋਦੀ ਨੂੰ ਚੱਕ ਕੇ ਲੈ ਆਇਆ ਇਹ ਤਾਂ ਹਲਕੀ ਵਾਹਲੀ ਆ ਆਪਾਂ ਇੱਥੇ ਸੜਕ 'ਤੇ ਨਹੀਂ ਲਾਉਣੀ ਥੋੜ੍ਹੀ ਗਾਂਹ ਲਾ ਦਿੰਦੇ ਹਾਂ ਥੋੜ੍ਹੇ ਟਾਈਮ ਦਾ ਹੀ ਚੱਲਾਂਗੇ ਉੱਥੇ ਲਾ ਦਿੰਦੇ ਹਾਂ ਆਪਣੇ ਵਾਲੀ ਦੇ ਬਾਕੀ ਉਹ ਦੇਖੋ ਕੰਮ ਚੱਲਦਾ ਲਓ ਜੀ ਮੇਰੀ ਉਹਨਾਂ ਨਾਲ ਗੱਲ ਹੋ ਗਈ ਉਹ ਕਹਿੰਦੇ ਅਸੀਂ ਲੈ ਆਵਾਂਗੇ ਆਹ ਟਰਾਲੀ ਅਤੇ ਆਪਾਂ ਆਹ ਲੈ ਕੇ ਚੱਲਦੇ ਹਾਂ ਪਿੰਡ ਨੂੰ ਅਤੇ ਉਹ ਦੂਜੀ ਟਰਾਲੀ ਆਪ ਹੀ ਲਿਆਉਣਗੇ ਉਹ ਬਾਕੀ ਹਨੇਰਾ ਹੋ ਗਿਆ ਕਾਫੀ ਹਜੇ 6 ਵੀ ਨਹੀਂ ਵੱਜੇ 6:15 ਹੀ ਹੋਇਆ 5:30 6:30 ਹੋਏ ਨੇ ਹਨੇਰਾ ਦੇਖੋ ਕਿੰਨਾ ਹੋ ਗਿਆ ਪਰ ਅੱਜ ਦਿਨ ਬਾਹਲਾ ਸਿਰਾ ਲੱਗ ਗਿਆ ਮੇਰੇ ਵੀਰੋ ਨਜ਼ਾਰਾ ਲਿਆਤਾ ਅਤੇ ਚਲੋ ਫਿਰ ਹੁਣ ਪਿੰਡ ਪਹੁੰਚ ਕੇ ਹੀ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਉਹ ਜੀ ਮੰਡੀ 'ਚ ਪਹੁੰਚ ਗਏ ਉਹ ਖੜਾ ਕਹਿੰਦੇ ਚਮਕਦਾ ਕਿ ਨਹੀਂ ਇਕੱਲਾ ਹੀ ਖੜਾ ਝੋਟਾ ਅੱਜ ਹੁਣ ਲਾਉਂਦੇ ਹਾਂ ਇਹ ਟਰਾਲੀ ਆਪਾਂ ਅੱਡ ਲਾਉਣੀ ਆ ਇੱਧਰ ਗੱਡੀ ਬੈਕ ਹੋ ਰਹੀ ਆ ਪਹਿਲਾਂ ਇਹਨੂੰ ਲੱਗ ਲੈਣ ਤੋਂ ਫਿਰ ਆਪਾਂ ਲਾਉਂਦੇ ਹਾਂ ਕਿ ਉਹਨੂੰ ਲਓ ਜੀ ਲਾਹ ਤੀ ਟਰਾਲੀ ਆਪਾਂ ਇਹ ਆਪਣਾ ਕੰਮ ਨਿਬੜ ਗਿਆ ਹੁਣ ਲੈ ਕੇ ਚੱਲਦੇ ਹਾਂ ਇਹਨੂੰ ਘਰ ਨੂੰ ਘਰ ਪਹੁੰਚ ਗਏ ਮਿਲਦੇ ਹਾਂ ਹੁਣ ਸਾਰਿਆਂ ਨੂੰ ਜਾਂ ਜਾਂ ਲਾਉਂਦੇ ਹਾਂ ਇਹਨੂੰ ਤਾਂ ਲੈਟਾਂ ਲੂਟਾਂ ਦਾ ਸਰਾ ਕਰਾਇਆ ਪਿਆ ਕਹਿੰਦੇ ਚਲੋ ਫਿਰ ਇਹਨੂੰ ਲਾਈਏ ਘਰ ਚੱਲ ਕੇ ਹੁਣ ਅਤੇ ਫਿਰ ਮਿਲਦੇ ਹਾਂ ਘਰ ਪਹੁੰਚ ਗਈ ਲਓ ਜੀ ਤਿਆਗੀ ਛੱਡਿਆ ਖੁੱਲ੍ਹਾ ਇੱਧਰ ਇਹਦਾ ਅੰਦਰ ਆ ਜੇ ਜਿੱਦੇ ਬਾਹਰ ਗੇਟ ਲੱਗ ਗਿਆ ਫਿਰ ਇਹ ਬਾਹਰ ਖੁੱਲ੍ਹਾ ਛੱਡਿਆ ਕਰਾਂਗੇ ਉਹ ਨਾ ਲੈ ਲਾ ਪਜਾਮਾ ਲੈ ਤੂੰ ਬਾਹਰ ਦੀ ਚਲ ਉੱਧਰ ਆ ਚੱਲੀਏ ਬਾਹਰ ਅਰੇ ਰਾਣੋ ਬੱਕਰੀ ਨੂੰ ਮਿਲਿਆ ਨਹੀਂ ਤੂੰ ਆਹ ਦੇ ਆਹ ਕੌਣ ਚਾਗੀ ਆਹ ਕੌਣ ਉਹਦਾ ਮੂੰਹ ਫੜ ਲਈ ਆ ਜਾ ਇੱਧਰ ਗਾਹ ਪਾਉਂਦੇ ਫਿਰਦਾ ਜਾਨਵਰ ਉੱਧਰ ਉਹਨੇ ਬੱਕਰੀ ਨੇ ਗਾਹ ਪਾਇਆ ਪਿਆ ਨਹੀਂ ਨਹੀਂ ਬਾਹਰ ਨਹੀਂ ਤਾਂ ਜਾਣਾ ਹੈਗਾ ਇਹ ਤੋਂ ਡਰਦੇ ਨੇ ਬੰਦੇ ਉੱਧਰ ਆ ਜਾ